ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਮੋਰਚਾ ਇੱਥੇ ਸਾਰੀ ਸਿੱਖ ਕੌਮ ਜਾਣਦੀ ਹੈ, ਜੋ ਸਾਡੀ ਇਸ ਅਕਾਲੀ ਸਰਕਾਰ ਕਹਾਉਂਦੀ ਨੇ, ਸਾਡੇ ਹਰਿਮੰਦਰ ਸਾਹਿਬ ਦੇ ਰਸਤੇ ਵਿੱਚ ਲਚਾਰਾਂ ਦੇ ਬੁੱਤ ਲਾਏ ਨੇ, ਜਿਹੜਾ ਮੋਰਚਾ 22 ਤਰੀਕ ਤੋਂ ਲੱਗਿਆ ਹੋਇਆ ਇੱਥੇ, ਜੋ ਕਿ ਵੱਖ ਵੱਖ ਜਥੇਬੰਦੀਆਂ, ਗੁਰੂ ਗ੍ਰੰਥ ਸਤਿਕਾਰ ਕਮੇਟੀਆਂ ਜਾਂ ਹੋਰ ਟਕਸਾਲਾਂ, ਜਿਵੇਂ ਅੱਜ ਕੱਲ੍ਹ ਦਾਸ ਜਥਾ ਲੈ ਕੇ ਆਇਆ ਸੀ ਫਿਰੋਜ਼ਪੁਰ ਤੋਂ, ਅੱਜ ਬਾਬਾ ਸਤਨਾਮ ਸਿੰਘ ਵੱਲੀਆਂ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਪ੍ਰਧਾਨ ਉਹ ਜਥਾ ਲੈ ਕੇ ਪਹੁੰਚੇ ਨੇ। ਧੰਨਵਾਦ ਵੀ ਕਰਦੇ ਹਾਂ ਜਿਹੜਾ ਆਪਣਾ ਜਥਾ ਲੈ ਕੇ ਪਹੁੰਚੇ ਨੇ। ਸਾਰੇ ਸੰਗਤਾਂ ਦਾ ਜੀ ਆਇਆਂ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਜੋ ਅੱਜ ਡਿਊਟੀ ਲੱਗੀ ਸੀ, ਜੋ ਕਿ ਸਾਰੀ ਸੰਗਤ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਜਿਹੜੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਆ ਸਾਡੇ ਸਾਹਮਣੇ ਜੋ ਤੁਸੀਂ ਵੇਖ ਰਹੇ ਜੇ ਨਚਾਰਾਂ ਦੇ ਬੁੱਤ ਲੱਗੇ, ਇਹਨਾਂ ਬੁੱਤਾਂ ਨੂੰ ਹਟਾਉਣ ਵਾਸਤੇ, ਕਿਉਂਕਿ ਮੌਕੇ ਦਾ ਫਾਇਦਾ ਜਿਹੜੀਆਂ ਸਰਕਾਰਾਂ ਉਠਾਉਂਦੀਆਂ ਆਈਆਂ ਤੇ ਉਠਾਉਂਦੀਆਂ ਰਹਿਣਗੀਆਂ। ਜਦੋਂ ਇਹ ਦੌਰ ਚੱਲਦਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਰਦੀਆਂ ਹੋਈਆਂ ਸਨ, ਉਦੋਂ ਇਹਨਾਂ ਸਰਕਾਰਾਂ ਨੇ ਉਹਨਾਂ ਦਾ ਫਾਇਦਾ ਚੁੱਕ ਕੇ, ਕਿਉਂਕਿ ਸਾਰੇ ਸਿੱਖ ਪੰਥ ਦਾ ਧਿਆਨ ਉਹਨਾਂ ਬਿਰਦੀਆਂ ਵੱਲ, ਬਹਿਬਲ ਕਲਾਂ ਕਾਂਡ ਬਿਰਦੀ ਜਿਹੜੀ ਹੋਈ ਆ ਜਾਂ ਬਗਰਾੜੀ ਕਾਂਡ ਹੋਇਆ ਉੱਥੇ ਧਿਆਨ ਲੱਗਾ ਸੀ, ਅਤੇ ਇੱਧਰ ਇਹਨਾਂ ਨੇ ਬੁੱਧ ਜੜ ਦਿੱਤੇ ਸੀ। ਸੋ ਹੁਣ ਸਮਾਂ ਰਹਿੰਦਿਆਂ ਜੋ ਸੰਗਤਾਂ ਨੇ, ਸਾਡੇ ਸਿੰਘਾਂ ਨੇ ਉਪਰਾਲਾ ਕੀਤਾ ਸੀ, ਵੀਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਨੇ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ ਕਿ ਸਾਨੂੰ ਇਹ ਨਚਾਰਾਂ ਦੇ ਬੁੱਤ ਪ੍ਰਵਾਨ ਨਹੀਂ ਇੱਥੇ, ਜੇ ਤੁਸਾਂ ਕਿਉਂਕਿ ਜਾਂ ਤਾਂ ਇਹ ਸਿੱਖ ਇਤਿਹਾਸ ਦੀਆਂ ਤਖਤੀਆਂ ਲਿਖ ਕੇ ਬੋਰਡ ਲਿਖ ਕੇ ਲਾਏ ਜਾਣ, ਕਿਉਂਕਿ ਸਿੱਖ ਕੌਮ ਬੁੱਤ ਪੂਜਕ ਨਹੀਂ, ਜੇ ਫਿਰ ਵੀ ਸਿੱਖਿਆ ਦੇਣ ਵਾਸਤੇ ਕਿਸੇ ਨੂੰ ਇਤਿਹਾਸ ਸਮਝਾਉਣ ਵਾਸਤੇ ਬੁੱਤ ਲਾਉਣੇ ਦਿੱਤੇ, ਜੱਸਾ ਸਿੰਘ ਰਾਮਗੜੀਆ, ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ ਖੋਪਰੀ ਲੱਥੀ ਹੋਈ, ਉਹ ਬੁੱਤ ਲੱਗਣੇ ਚਾਹੀਦੇ ਸਨ। ਭਾਈ ਮਣੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੋਵੇ ਉਹ ਬੁੱਤ ਲੱਗਣੇ ਚਾਹੀਦੇ ਸਨ, ਕਿਉਂਕਿ ਵੀਰੋ ਮੈਂ ਅੱਗੇ ਵੀ ਇੱਕ ਦਿਨ ਇਹ ਬੇਨਤੀ ਕੀਤੀ ਸੀ ਕਿ ਜਿਹੜਾ ਅੱਜ ਦਾ ਮਾਹੌਲ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ ਟੌਕ ਬਣਦਾ ਹੋਇਆ ਸੀ ਨਾ, ਉਹ ਇਹਨਾਂ ਵਿਚਾਰਾਂ ਦੇ ਕਰਕੇ ਹੀ ਹੋਇਆ ਸੀ। ਗੱਲ ਨੋਟ ਕਰਨ ਵਾਲੀ ਪੱਤਰਕਾਰ ਵੀਰ ਵੀ ਜੇ ਸੁਣਦੇ ਹੋਣ, ਕਿਉਂਕਿ ਇੱਕ ਬੀਬੀ ਨੇ ਟਿਕ ਟੌਕ 'ਤੇ ਭੰਗੜਾ ਪਾ ਕੇ ਫੋਟੋ ਬਣਾਈ, ਜਿਹੜੀ ਵੀਡੀਓ ਬਣਾਈ ਉੱਥੇ, ਉਹਦੇ ਵਿੱਚ ਕੀ ਹੋਇਆ, ਕਿਸੇ ਵੀਰ ਨੇ ਪੁੱਛਿਆ, ਉਹਨਾਂ ਪੱਤਰਕਾਰਾਂ ਨੇ ਪੁੱਛਿਆ ਬੀਬੀ ਨੂੰ ਕਿ ਸਿੱਖਾਂ ਦਾ ਆਸਥਾ ਧੁਰੇ ਸਿੱਖੀ ਦਾ ਧੁਰਾ ਹੈ ਹਰਿਮੰਦਰ ਸਾਹਿਬ, ਤੇ ਤੂੰ ਇਹ ਕੰਮ ਕੀ ਕੀਤਾ, ਕਹਿੰਦੀ ਬਾਹਰ ਜਾ ਕੇ ਵੇਖੋ ਨਚਾਰਾਂ ਦੇ ਜਿਹੜੇ ਬੁੱਤ ਲੱਗੇ। ਮੈਂ ਕਿਹਾ ਤੁਹਾਡਾ ਕਲਚਰ ਹੀ ਇਹ ਇੱਥੇ ਚੱਲਦਾ ਆ, ਇਹ ਸਾਡੇ ਸਿੱਖਾਂ ਦੇ ਕੇਂਦਰ ਤੇ ਹਰਿਮੰਦਰ ਸਾਹਿਬ ਦੇ ਪ੍ਰਭਾਵ ਪਾਉਣ ਵਾਸਤੇ ਏਜੰਸੀਆਂ ਨੇ ਇਹ ਜਿਹੜੇ ਨਚਾਰਾਂ ਦੇ ਬੁੱਤ ਲਾਏ ਕਿ ਲੋਕੀ ਯੁੱਗ ਜਾਂ ਬਾਹਰ ਦਾ ਅੰਦਰ ਵੀ ਉੱਥੇ ਜਾ ਕੇ ਕੁਝ ਕਰਨ, ਤੇ ਹੁੰਦਾ ਪਿਆ ਜੇ ਅੱਜ ਇਹ ਟਿਕਟੌਕ ਦੇ ਕਿੰਨੇ ਮਸਲੇ ਸਾਹਮਣੇ ਆ ਗਏ ਆ। ਸੋ ਮੇਰੀ ਸਾਰੀ ਸੰਗਤ ਨੂੰ ਇਹ ਬੇਨਤੀ ਆ ਕਿ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਸੁਣਦੀ ਆ ਮੀਡੀਏ ਦੇ ਰਾਹੀਂ ਜਾਂ ਇਸ ਤਰ੍ਹਾਂ ਲਾਈਵ ਸੁਣਦੇ ਆ, ਮੈਂ ਬੇਨਤੀ ਕਰਦਾ ਕਿ ਸਾਰੇ ਇੱਥੇ ਆਣ ਕੇ ਇਹ ਬੈਠੀਏ ਆਪਾਂ ਸੰਗਤ ਰੂਪੀ ਹੋ ਕੇ, ਕਿਉਂਕਿ ਇਹ ਮੋਰਚਾ ਲੱਗਾ ਹੈ ਸਾਡੇ ਘਰ ਦਾ ਮੋਰਚਾ, ਪੈਲੀਆਂ ਦੀਆਂ ਵੱਟਾਂ ਦਾ ਮੋਰਚਾ ਨਹੀਂ ਗਾ, ਇਹ ਮੋਰਚਾ ਜੋ ਸਿੱਖੀ ਦਾ ਵਿਰਸਾ ਸੰਭਾਲਣ ਵਾਸਤੇ, ਨਚਾਰਾਂ ਦਾ ਵਿਰਸਾ ਸਾਂਭਣ ਵਾਸਤੇ ਨਹੀਂ।
ਜੇ ਸਿੱਖੀ ਦੇ ਵਿਰਸੇ ਦੇ ਨਾਲ ਸਾਨੂੰ ਜੋੜਨਾ ਤੇ ਇੱਥੇ ਸ਼ਹੀਦਾਂ ਸਿੰਘਾਂ ਦੇ ਬੁੱਤ ਲਾਏ ਜਾਣ, ਜਿਨ੍ਹਾਂ ਮਾਈਆਂ ਨੇ ਜਿਨ੍ਹਾਂ ਬੀਬੀਆਂ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਪਵਾ ਕੇ ਹਾਰ ਪੁਰਾ ਕੇ ਪਰਵਾਏ ਸੀ ਨਾ, ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਇੱਥੇ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਕੇ, ਸਾਡੀ ਜਨਰੇਸ਼ਨ ਨੂੰ ਪਤਾ ਲੱਗ ਕੇ, ਸਾਡੀਆਂ ਬੱਚੀਆਂ ਨੂੰ ਕਿ ਸਿੱਖੀ ਵਾਸਤੇ ਕਿਸ ਤਰ੍ਹਾਂ ਸਾਡੀਆਂ ਮਾਈਆਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਹਰਿਮੰਦਰ ਵਾਸਤੇ ਇਹਦੀ ਰਾਖੀ ਵਾਸਤੇ ਟੋਟੇ ਕਰਵਾ ਕੇ ਪਾਏ ਸੀ, ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਸੋ ਦੱਸਦਾ ਛੋਟਾ ਜਿਹਾ ਜਥਾ ਜਿਹੜਾ ਮੈਂ ਲੈ ਕੇ ਆਇਆ, ਮਗਰ ਸੰਗਤ ਆ ਰਹੀ, ਹੋਰ ਆ ਰਹੀ, ਕੁਝ ਲੇਟ ਹੋਣ ਕਰਕੇ ਕੁਝ ਪਾਰਕਿੰਗ ਦਾ ਬੜੀ ਮੁਸ਼ਕਲ ਆ ਰਹੀ, ਉੱਥੇ ਜਾਮ ਲੱਗਾ ਹੋਇਆ ਪਿਆ। ਅਸੀਂ ਦੇਰ ਨਾ ਕਰਦੇ ਹਾਂ ਕਿ ਸਾਨੂੰ ਪਹੁੰਚਣਾ ਚਾਹੀਦਾ। ਇਹਨਾਂ ਬੇਨਤੀਆਂ ਦੇ ਨਾਲ ਫਿਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਇੱਥੇ ਆਣ ਕੇ ਬੈਠੀਏ ਕਿ ਸਰਕਾਰਾਂ ਦਾ ਨੱਕ ਵਿੱਚ ਦਮ ਹੋ ਸਕੇ ਤੇ ਬੁੱਤ ਲਾਈ ਲਾਉਣ ਦੇ ਵਾਸਤੇ ਪ੍ਰੈਸ਼ਰ ਪਾ ਸਕੀਏ, ਤੇ ਅਸੀਂ ਉਹਨਾਂ ਚਿਰ ਬੈਠੇ ਰਵਾਂਗੇ, ਵਾਰੀ ਅਨੁਸਾਰ ਤੁਰੇ ਆਵਾਂਗੇ, ਜਿੰਨਾ ਚਿਰ ਬੁੱਤ ਨਹੀਂ ਲੈਂਦੇ ਉਹਨਾਂ ਚਿਰ ਇੱਥੋਂ ਨਹੀਂ ਉੱਠਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।